ਤੇ ਖਬਰ ਬਰਨਾਲਾ ਦੀ ਹੈ ਜਿੱਥੇ ਵਾਪਰੇ ਇੱਕ ਸੜਕ ਹਾਦਸੇ ਵਿੱਚ 8 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬਰਨਾਲਾ ਦੇ ਪਿੰਡ ਰਾਮਗੜ ਨੇੜੇ ਟਰੱਕ ਅਤੇ ਕਾਰ ਦੀ ਟੱਕਰ ਕਰਕੇ ਵਾਪਰਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ 8 ਲੋਕਾਂ ਦੀ ਮੌਕੇ ਉੱਤੇ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 2 ਔਰਤਾਂ ਤੇ 3 ਬੱਚੇ ਵੀ ਸ਼ਾਮਲ ਨੇ। ਸੋ ਬਰਨਾਲਾ ਵਿਖੇ ਇਹ ਜੋ ਹਾਦਸਾ ਵਾਪਰਿਆ ਪਿੰਡ ਰਾਮਗੜ ਨੇੜੇ, ਇਸ ਬਾਰੇ ਜ਼ਿਆਦਾ ਜਾਣਕਾਰੀ ਦੇ ਲਈ ਗੱਲ ਕਰਦੇ ਹਾਂ ਸਾਡੇ ਪੱਤਰਕਾਰ ਕਮਲਜੀਤ ਸਿੰਘ ਸੰਧੂ ਦੇ ਨਾਲ। ਜੀ ਕਮਲਜੀਤ, ਜੋ ਇਹ ਹਾਦਸਾ ਵਾਪਰਿਆ ਜਿਸ ਵਿੱਚ 8 ਵਿਅਕਤੀਆਂ ਦੀ ਮੌਤ ਹੋ ਗਈ ਹੈ, ਸ਼ੁਰੂਆਤੀ ਜਾਂਚ ਵਿੱਚ ਕੀ ਕਾਰਨ ਸਾਹਮਣੇ ਆਏ ਨੇ ਇਸ ਹਾਦਸੇ ਦੇ? ਜੀ ਕੀ ਜੀ ਕੁਲਦੀਪ, ਜਿਹੜਾ ਹਾਦਸਾ ਤਕਰੀਬਨ 6:30 ਦੇ ਸਵਾ ਅੱਜ ਵਾਪਰਿਆ ਗਾ। ਇਹ ਜਿਹੜੀ ਕਾਰ ਦੇ ਵਿੱਚ 8 ਵਿਅਕਤੀ ਜਿਹੜੇ ਸਵਾਰ ਸੀਗੇ, 5 ਜਿਹੜੇ ਮਰਦ ਤੇ ਔਰਤਾਂ ਤੇ 3 ਬੱਚੇ ਸ਼ਾਮਲ ਸੀਗੇ। ਇਹ ਜਿਹੜੀ ਕਾਰ ਸੀ ਬਰਨਾਲਾ ਤੋਂ ਅੰਮ੍ਰਿਤਸਰ ਪਿੰਡ ਬਲਟੋਹਾ, ਇਹ ਆਪਣੇ ਕਿਸੇ ਰਿਟਾਇਰਮੈਂਟ ਪਾਰਟੀ ਦੇ ਰਿਸ਼ਤੇਦਾਰ ਜੀ ਤੋਂ ਬਰਨਾਲਾ ਦੇ ਪਿੰਡ ਉੱਪਲੀ ਤੋਂ ਵਾਪਸ ਜਾ ਰਹੇ ਸੀ। ਜਿਹੜਾ ਹਾਦਸੇ ਦਾ ਜਿਹੜਾ ਮੁੱਖ ਕਾਰਨ ਇਹ ਸਾਹਮਣੇ ਆਇਆ ਵੀ ਜਿਹੜੀ ਗੱਡੀ ਦਾ ਜਿਹੜਾ ਕਾਰ ਦਾ ਜਿਹੜਾ ਟਾਇਰ ਫਟਿਆ ਗਈ ਤੇਜ਼ ਰਫਤਾਰ ਕਾਰਨ, ਤੇ ਉਹ ਰੌਂਗ ਸਾਈਡ ਜਾ ਕੇ ਟਰੱਕ ਦੇ ਵਿੱਚ ਜਿਹੜੀ ਜਾ ਵੱਜੀ, ਤੇ ਟਰੱਕ ਦੇ ਵਿੱਚ ਇੰਨੀ ਤੇਜ਼ ਸਪੀਡ ਨਾਲ ਵੱਜੀ ਕਿ ਜਿਹੜੇ ਕਾਰ ਆ ਬੁਰੀ ਤਰ੍ਹਾਂ ਨੁਕਸਾਨੀ ਗਈ, ਤੇ ਉਹਦੇ ਵਿੱਚ ਜਿਹੜੇ 8 ਦੇ 8 ਸਵਾਰ, ਜਿਹੜੇ 3 ਬੱਚੇ, ਇੱਕ ਪਰਿਵਾਰ ਦੇ ਜਿਹੜੇ 5 ਜਿਹੜੇ ਜੀ ਸੀਗੇ, ਤੇ ਜਿਹੜਾ ਪੂਰਾ ਜਿਹੜਾ ਪਰਿਵਾਰ ਆ ਉਹ ਸਾਰੇ ਜਿਹੜੇ ਪਰਿਵਾਰ ਦੀ ਜਿਹੜੀ ਮੌਤ ਜੀ। ਇਸ ਤੋਂ ਇਲਾਵਾ ਕਾਰ ਦੇ ਵਿੱਚ ਹੋਰ ਵੀ ਕੋਈ ਸਵਾਰ ਸਨ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਹੈ? ਜੀ ਕੁਲਦੀਪ, ਜਿਹੜੇ 8 ਦੇ 8 ਸਵਾਰ ਵਿਅਕਤੀ ਸੀਗੇ, ਤੇ 8 ਦੀ ਜਿਹੜੀ ਮੌਕੇ ਤੇ ਜਿਹੜੀ ਮੌਤ ਹੋ ਗਈ, ਤੇ ਇਹਦੇ ਵਿੱਚ ਜ਼ਖਮੀ ਆ ਜਿਹੜਾ ਉਹ ਕੋਈ ਵੀ ਜਿਹੜਾ ਵਿਅਕਤੀ ਆ ਉਹ ਜ਼ਖਮੀ ਨਹੀਂ ਸੀ ਜੀ। ਤੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ? ਜੀ ਪੁਲਿਸ ਵੱਲੋਂ ਜਿਹੜੀ ਇਸ ਮਾਮਲੇ ਦੇ ਵਿੱਚ ਜਿਹੜੀ ਅਜੇ ਘਟਨਾ ਦੇ ਜਿਹੜੀ ਜਾਂਚ ਕੀਤੀ ਜਾ ਰਹੀ ਆ, ਤੇ ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਵੀ ਟਰੱਕ ਡਰਾਈਵਰ ਦੇ ਖਿਲਾਫ ਜਿਹੜਾ ਉਹ ਮਾਮਲਾ ਦਰਜ ਕਰਕੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਜੀ। ਤੇ ਟਰੱਕ ਚਾਲਕ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਜਾਂ ਹੋਰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਪੁਲਿਸ ਵੱਲੋਂ ਜੋ ਦਿੱਤੀ? ਕੁਲਦੀਪ, ਜਿਹੜਾ ਟਰੱਕ ਡਰਾਈਵਰ ਉਹ ਮੌਕੇ ਤੋਂ ਜਿਹੜਾ ਫਰਾਰ ਆ ਜਿਹੜਾ ਦੱਸਿਆ ਜਾ ਰਿਹਾ, ਪੁਲਿਸ ਵੱਲੋਂ ਮਾਮਲੇ ਦੀ ਜਿਹੜੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਜੀ। ਟਰੱਕ ਤੇ ਟਰੱਕ ਚਾਲਕ ਬਾਰੇ ਕਿਸ ਤਰ੍ਹਾਂ ਦੀ ਜਾਣਕਾਰੀ ਹੈ? ਟਰੱਕ ਕਿੱਥੋਂ ਦਾ ਸੀ ਅਤੇ ਟਰੱਕ ਕਿਸ ਪਾਸੇ ਤੋਂ ਆ ਰਿਹਾ ਸੀ ਤੇ ਕਿੱਧਰ ਜਾ ਰਿਹਾ ਸੀ? ਜੀ ਕੁਲਦੀਪ, ਜਿਹੜਾ ਟਰੱਕ ਸੀਗਾ ਉਹ ਮੋਗਾ ਸਾਈਡ ਤੋਂ ਆ ਰਿਹਾ ਸੀਗਾ, ਉਹ ਕਿਸੇ ਨਾਲ ਦੇ ਨਜ਼ਦੀਕੀ ਪਿੰਡ ਤੋਂ ਝੋਨੇ ਦੀਆਂ ਜਿਹੜੀਆਂ ਬੋਰੀਆਂ, ਜਿਹੜਾ ਮੰਡੀਆਂ ਦੇ ਵਿੱਚੋਂ ਝੋਨਾ ਜਿਹੜਾ ਆ ਰਿਹਾ, ਗੋਦਾਮਾਂ ਦੇ ਵਿੱਚੋਂ ਝੋਨਾ ਜਿਹੜਾ ਭਰ ਕੇ ਉਹ ਮੋਗਾ ਸਾਈਡ ਤੋਂ ਆ ਰਿਹਾ ਸੀ। ਜਿਹੜੀ ਕਾਰ ਸੀਗੀ ਇਹ ਬਰਨਾਲਾ ਸਾਈਡ ਤੋਂ ਮੋਗਾ ਵੱਲ ਜਾ ਰਹੀ ਸੀ, ਜਿਹੜੀ ਕਿ ਰੌਂਗ ਸਾਈਡ ਜਾ ਕੇ ਟਰੱਕ ਦੇ ਵਿੱਚ ਅਚਾਨਕ ਜਿਹੜੀ ਟੱਕਰ ਹੋਈ ਹੈ ਇਹਨਾਂ ਦੀ, ਉਹਦੇ ਕਰਕੇ ਇਹ ਹਾਦਸੇ ਨੂੰ ਇੱਕ ਤਰ੍ਹਾਂ ਜੇ ਕਿਹਾ ਜਾਵੇ ਤਾਂ ਵੀ ਤੇਜ਼ ਰਫਤਾਰ ਕਰਕੇ, ਟਰੱਕ ਦੀ ਵੀ ਜਿਹੜੀ ਰਫਤਾਰ ਤੇਜ਼ ਸੀ ਤੇ ਕਾਰ ਦੀ ਵੀ ਰਫਤਾਰ ਤੇਜ਼ ਹੋਣ ਕਰਕੇ ਅਚਾਨਕ ਇਹ ਹਾਦਸਾ ਜੀ, ਤੇਜ਼ ਰਫਤਾਰ ਅਤੇ ਕਾਰ ਦਾ ਜੋ ਟਾਇਰ ਫਟਣ ਕਰਕੇ ਇਹ ਹਾਦਸਾ ਵਾਪਰਿਆ ਨੇ। ਹਾਂ ਜੀ ਕੁਲਦੀਪ ਜੀ, ਕਮਲਜੀਤ ਧੰਨਵਾਦ ਇਸ ਤਮਾਮ ਜਾਣਕਾਰੀ ਦੇ ਲਈ ਤੇ ਸਾਡੇ ਨਾਲ ਜੁੜਨ ਲਈ। ਦੱਸ ਦਈਏ ਕਿ ਬਰਨਾਲਾ ਵਿਖੇ ਅੱਜ ਤੜਕੇ ਸਵੇਰੇ ਵਾਪਰੇ ਹਾਦਸੇ ਵਿੱਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਮੌਤ ਹੋ ਗਈ, ਜਿਸ ਵਿੱਚ 2 ਔਰਤਾਂ ਤੇ 3 ਬੱਚੇ ਵੀ ਸ਼ਾਮਲ ਨੇ। ਕਾਰ ਦਾ ਟਾਇਰ ਫਟਣ ਕਰਕੇ ਇਹ ਜੋ ਹਾਦਸਾ ਵਾਪਰਿਆ, ਕਾਰ ਅਤੇ ਟਰੱਕ ਦੀ ਟੱਕਰ ਹੋਣ ਤੋਂ ਬਾਅਦ ਇਹ ਜੋ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਇੱਕੋ ਪਰਿਵਾਰ ਦੇ 8 ਜੀਆਂ ਦੀ ਮੌਤ ਹੋ ਗਈ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।